ਸਤਿ ਸ਼੍ਰੀ ਅਕਾਲ ਜੀ ਹੋਰ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਬਣਾਵਾਂਗੇ ਗਾਜਰ ਦਾ ਹਲਵਾ ਉਹਦੇ ਵਿੱਚ ਜੋ ਜੋ ਚੀਜ਼ਾਂ ਚਾਹੀਦੀਆਂ ਨੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਮੈਂ 2 ਕਿਲੋ ਗਾਜਰ ਲਈਆਂ ਨੇ ਔਰ ਥੋੜ੍ਹੇ ਜਿਹੇ ਇਲਾਇਚੀ ਦੇ ਦਾਣੇ ਸੌਗੀ ਬਦਾਮ ਦੇਸੀ ਘੀ ਔਰ 1 ਕਿਲੋ ਚੀਨੀ 2 ਕਿਲੋ ਗਾਜਰਾਂ 1 ਕਿਲੋ ਚੀਨੀ ਔਰ ਇੱਧਰ ਮੈਂ 4 ਕਿਲੋ ਦੁੱਧ ਲਿਆਏ ਇਹਨੂੰ ਥੋੜ੍ਹਾ ਆਪਾਂ ਗਾੜਾ ਕਰ ਲੈਣਾ ਹੈ ਜਦ 2 ਕਿਲੋ ਰਹਿ ਜੂਗਾ ਫਿਰ ਆਪਾਂ ਇਹਦੇ ਵਿੱਚ ਗਾਜਰਾਂ ਮਿਕਸ ਕਰਾਂਗੇ ਜਿੰਨਾ ਟਾਈਮ ਆਪਣਾ ਇੱਧਰ ਦੁੱਧ ਬਣ ਰਿਹਾ ਹੈ ਉਨੀ ਟਾਈਮ ਆਪਾਂ ਇੱਧਰ ਆਪਣੀਆਂ ਗਾਜਰਾਂ ਨੂੰ ਤਿਆਰ ਕਰ ਲੈਂਦੇ ਹਾਂ ਇਹਦੇ ਵਿੱਚ ਹੁਣ ਆਪਾਂ ਥੋੜ੍ਹਾ ਦੇਸੀ ਘਿਓ ਪਾਵਾਂਗੇ ਤੁਸੀਂ ਇਹਨੂੰ ਰਿਫਾਇੰਡ ਵੀ ਬਣਾ ਸਕਦੇ ਹੋ ਵੈਸੇ ਵੀ ਦੇਸੀ ਘਿਓ ਬਣਾਉਂਗੇ ਜ਼ਿਆਦਾ ਵਧੀਆ ਟੇਸਟ ਆਉਂਦਾ ਦੁੱਧ ਨੂੰ ਆਪਾਂ ਨੇ ਵਾਰ ਵਾਰ ਹਿਲਾਈ ਜਾਣਾ ਕਿ ਇਹ ਥੱਲੇ ਨਾ ਲੱਗ ਜਾਵੇ ਔਰ ਆਪਾਂ ਬਿਨਾਂ ਖੋਏ ਤੋਂ ਬਹੁਤ ਈਜ਼ੀ ਤਰੀਕੇ ਦੇ ਨਾਲ ਗਾਜਰ ਦਾ ਹਲਵਾ ਬਣਾ ਸਕਦੇ ਹਾਂ ਹੁਣ ਆਪਾਂ ਇਹਦੇ ਵਿੱਚ ਗਾਜਰਾਂ ਪਾਉਂਦੇ ਹਾਂ ਮਿਕਸ ਕਰ ਦੇਣਾ ਆਪਾਂ ਗਾਜਰਾਂ ਆਪਾਂ ਵਿੱਚ ਮਿਕਸ ਕਰਦੇ ਹਾਂ ਘਿਓ ਦੇ ਹੁਣ ਆਪਾਂ ਇਹਨੂੰ ਉਨੀ ਦੇਰ ਪਕਾਉਣਾ ਜਿੰਨੀ ਦੇਰ ਅੱਧੀਆਂ ਨਹੀਂ ਰਹਿ ਜਾਂਦੀਆਂ ਦੇਖੋ ਆਪਣਾ ਇੱਧਰ ਦੁੱਧ ਵੀ ਤਿਆਰ ਹੋ ਗਿਆ ਬਿਲਕੁਲ ਥੋੜ੍ਹਾ ਜਿਹਾ ਰਹਿ ਗਿਆ ਔਰ ਇੱਧਰ ਗਾਜਰਾਂ ਵੀ ਰੈਡੀ ਹੋ ਗਈਆਂ ਆਪਣੀਆਂ ਹੁਣ ਆਪਾਂ ਇਹਦੇ ਵਿੱਚ ਗਾਜਰਾਂ ਦੇ ਵਿੱਚ ਚੀਨੀ ਮਿਕਸ ਕਰ ਦਾਂਗੇ ਚੀਨੀ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਇਲਾਇਚੀ ਦੇ ਦਾਣੇ ਪਾ ਦਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਨੇ ਹੁਣ ਆਪਣੀ ਚੀਨੀ ਮਿਕਸ ਹੋ ਗਈ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਨਾਲ ਦੀ ਨਾਲ ਦੁੱਧ ਪਾ ਦੇਣਾ ਗੈਸ ਨੂੰ ਬਿਲਕੁਲ ਸਲੋ ਰੱਖਣਾ ਆਪਾਂ ਨੇ 10 ਤੋਂ 15 ਮਿੰਟ ਹੁਣ ਆਪਾਂ ਇਹਨੂੰ ਬਣਾਵਾਂਗੇ ਔਰ ਇਹਨੂੰ ਆਪਾਂ ਹਫ਼ਤਾ 10 ਦਿਨ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਸਟੋਰ ਕਰਨ ਵੈਸੇ ਹੁਣ ਸਰਦੀ ਦਾ ਮੌਸਮ ਆ ਗਿਆ ਇਹਨੂੰ ਆਪਾਂ ਨੂੰ ਫਰਿੱਜ ਰੱਖਣ ਦੀ ਜ਼ਰੂਰਤ ਨਹੀਂ ਗੀ ਬਾਹਰ ਵੀ ਰੱਖ ਸਕਦੇ ਹਾਂ ਦੇਖੋ ਜਿਹੜਾ ਦੁੱਧ ਆ ਉਹ ਗਾਜਰਾਂ ਦੇ ਵਿੱਚ ਮਿਕਸ ਹੋਣ ਲੱਗ ਗਿਆ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾਵਾਂਗੇ ਮੈਂ ਬਦਾਮ ਪਾ ਰਹੀ ਹਾਂ ਔਰ ਸੌਗੀ ਪਾਉਂਗੀ ਤੁਸੀਂ ਆਪਣੇ ਮਨਪਸੰਦ ਦੇ ਜਿਹੜਾ ਮਰਜ਼ੀ ਡਰਾਈ ਫਰੂਟ ਇਹਦੇ ਵਿੱਚ ਪਾ ਸਕਦੇ ਹੋ ਦੇਖੋ ਆਪਣਾ ਦੁੱਧ ਵਿੱਚ ਬਿਲਕੁਲ ਮਿਕਸ ਹੋ ਗਿਆ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਆਪਾਂ ਇਹਦੇ ਵਿੱਚ ਖੋਆ ਐਡ ਕੀਤਾ ਹੁੰਦਾ ਹੈ ਅਤੇ ਖਾਣ ਵਿੱਚ ਵੀ ਬਹੁਤ ਹਲਕਾ ਹੁੰਦਾ ਹੈ ਔਰ ਇਹਨੂੰ ਬਣਨ ਦੇ ਵਿੱਚ ਵੀ 1/2 ਘੰਟਾ ਲੱਗਦਾ ਹੈ ਅਤੇ ਹੁਣ ਆਪਣੇ ਬਣ ਕੇ ਰੈਡੀ ਹੋ ਗਿਆ ਹਲਵਾ ਆਪਾਂ ਹੁਣ ਗੈਸ ਬੰਦ ਕਰ ਦਾਂਗੇ ਅਤੇ ਆਪਾਂ ਇਹਨੂੰ ਅਲੱਗ ਭਾਂਡੇ ਵਿੱਚ ਕੱਢਦੇ ਹਾਂ ਦੇਖੋ ਆਪਣਾ ਹਲਵਾ ਬਣ ਕੇ ਰੈਡੀ ਹੋ ਗਿਆ ਹੁਣ ਆਪਾਂ ਇਹਨੂੰ ਅਲੱਗ ਭਾਂਡੇ ਵਿੱਚ ਕੱਢ ਲਿਆ ਹੁਣ ਆਪਾਂ ਇਹਦੀ ਗਾਰਨਿਸ਼ ਕਰਾਂਗੇ ਪਹਿਲਾਂ ਮੈਂ ਇਹਦੇ ਉੱਪਰ 2 ਚਮਚ ਦੇਸੀ ਘੀ ਦੇ ਪਾਉਂਗੀ ਥੋੜ੍ਹੇ ਜਿਹੇ ਬਦਾਮ ਔਰ ਥੋੜ੍ਹੀ ਜਿਹੀ ਸੌਗੀ ਪਾਉਂਗੀ ਦੇਖੋ ਆਪਣਾ ਹਲਵਾ ਬਣ ਕੇ ਰੈਡੀ ਹੋ ਗਿਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਇਹਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਓਕੇ ਜੀ ਸਤਿ ਸ਼੍ਰੀ ਅਕਾਲ